ਇਸ ਸਮੇਂ ਸਕੂਲਾਂ ਦੇ ਵਿੱਚ ਸੋਜੀ ਪ੍ਰੋਗਰਾਮ ਅਤੇ ਪ੍ਰੋਨੌਂਸ ਬਦਲਣ ਦੇ ਮਾਮਲੇ ਨੂੰ ਲੈ ਕੇ ਮਾਪੇ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਕੁਝ ਵੱਲੋਂ ਇਸੇ ਹੱਕ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਹੀ ਜ਼ਿਆਦਾਤਰ ਮਾਪੇ ਇਸ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੇ ਨੇ ਜੋ ਕਿ ਅਜਿਹੇ ਪ੍ਰੋਗਰਾਮਸ ਨੂੰ ਰੋਕਣ ਦੀ ਗੱਲਬਾਤ ਕਰ ਰਹੇ ਨੇ ਤੇ ਜਾਂ ਫਿਰ ਇਸ ਵਿੱਚ ਮਾਪਿਆਂ ਨੂੰ ਜਾਣਕਾਰੀ ਹੋਵੇ ਅਜਿਹੀ ਮੰਗ ਕਰ ਰਹੇ ਨੇ ਇਸੇ ਦੌਰਾਨ ਇਸ ਸਕੈਚਵਨ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਬਿਆਨਬਾਸੀ جاری ਹੈ ਪ੍ਰੀਮੀਅਰ ਸਕਾਟਮੋ ਦੇ ਵੱਲੋਂ ਆਖਿਆ ਗਿਆ ਸੀ ਕਿ ਅਦਾਲਤੀ ਫੈਸਲੇ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਲੋਂ ਲੈਜਿਸਲੇਸ਼ਨ ਲਿਆਂਦੀ ਜਾ ਰਹੀ ਹੈ ਜਿਸ ਤੇ ਉੱਪਰ ਡਿਬੇਟ ਸ਼ੁਰੂ ਹੋ ਗਈ ਹੈ ਉਹਨਾਂ ਸਪੱਸ਼ਟ ਰੂਪ ਦੇ ਵਿੱਚ ਆਖਿਆ ਕਿ ਉਹ ਮਾਪਿਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਇਸ ਸਮੇਂ ਸੋਜੀ ਪਾਠਕ੍ਰਮ ਨੂੰ ਲੈ ਕੇ ਅਤੇ ਪ੍ਰੋਨੌਂਸ ਬਦਲ ਨੂੰ ਲੈ ਕੇ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਜੇਕਰ ਬੱਚਾ ਪ੍ਰੋਨੌਂਸ ਬਦਲਦਾ ਹੈ ਤੇ ਇਸ ਬਾਰੇ ਮਾਪਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਮਾਪਿਆਂ ਦੀ ਆਗਿਆ ਵੀ ਜ਼ਰੂਰੀ ਹੈ। ਦੂਜੇ ਪਾਸੇ ਸੋਚੀ ਕਰੋ ਕੋਲੋਮਬ ਦੇ ਵਿੱਚ ਜੋ ਕੁਝ ਲਿਖਿਆ ਗਿਆ ਤੇ ਨਾਲੋਂ ਨਾਲ ਤਸਵੀਰਾਂ ਨੂੰ ਲੈ ਕੇ ਬਹੁਤ ਸਾਰੇ ਮਾਪੇ ਇਸ ਦਾ ਵਿਰੋਧ ਕਰ ਰਹੇ ਨੇ ਪਰ ਦੂਜੇ ਪਾਸੇ ਐਜੂਕੇਸ਼ਨ ਮਨਿਸਟਰ ਜਾਂ ਗਵਰਨਮੈਂਟ ਜਾਂ ਸਕੂਲ ਬੋਰਡਸ ਦਾ ਸਪਸ਼ਟ ਰੂਪ ਚ ਇਹ ਹੀ ਕਹਿਣਾ ਹੈ ਕਿ ਐਲਜੀਬੀਟੀਕਿਊਆਈ ਪਲੱਸ ਦੇ ਨਾਲ ਸੰਬੰਧਿਤ ਭਾਈਚਾਰੇ ਦੇ ਬੱਚੇ ਸਕੂਲਾਂ ਦੇ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਸਭ ਦੇ ਲਈ ਸੁਰੱਖਿਅਤ ਮਾਹੌਲ ਹੋਵੇ ਤਾਂ ਇਸ ਦੇ ਲਈ ਇਹੀ ਤਰੀਕਾ ਸਭ ਤੋਂ ਕਾਰਗਰ ਸਿੱਧ ਹੋ ਸਕਦਾ ਪਰ ਇਸ ਮਾਮਲੇ ਨੂੰ ਲੈ ਕੇ ਡਿਬੇਟ ਲਗਾਤਾਰ ਜਾਰੀ ਹੈ ਸਕੈਚਵਨ ਦੇ ਪ੍ਰੀਮੀਅਰ ਦੇ ਵੱਲੋਂ ਪਿਛਲੇ ਦਿਨੀ ਇਹ ਫੈਸਲਾ ਕੀਤਾ ਗਿਆ ਸੀ ਕਿ 16 ਸਾਲ ਦੀ ਉਮਰ ਤੱਕ ਜੇਕਰ ਬੱਚੇ ਪ੍ਰੋਨੋ ਨਾਮ ਭਾਵ ਪੜਨਾਮ ਚੇਂਜ ਕਰਦੇ ਨੇ ਤਾਂ ਇਸ ਦੇ ਲਈ ਮਾਪਿਆਂ ਨੂੰ ਸਕੂਲ ਬੋਰਡਸ ਜਾਣਕਾਰੀ ਮੁਹੱਈਆ ਕਰਵਾਉਣਗੇ ਪਰ ਇਸ ਦੇ ਬਾਅਦ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਦੇ ਉਲਟ ਫੈਸਲਾ ਸੁਣਾਇਆ ਗਿਆ ਸੋ ਹੁਣ ਨੋ ਵਿਦ ਸਟੈਂਡ ਕਲੌਜ਼ ਦੇ ਨਾਲ ਦੁਬਾਰਾ ਸਸਕੈਚੁਵਨ ਦੀ ਕੰਜ਼ਰਵੇਟਿਵ ਸਰਕਾਰ ਦੇ ਵੱਲੋਂ ਇੱਕ ਮੋਸ਼ਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਉੱਪਰ ਬਹਿਸ ਸ਼ੁਰੂ ਹੋ ਗਈ ਹੈ ਜਿਸ ਵਿੱਚ ਸਕਾਟ ਮੋ ਪ੍ਰੀਮੀਅਰ ਨੇ ਸਪੱਸ਼ਟ ਰੂਪ ਚ ਆਖਿਆ ਕਿ ਸਰਕਾਰ ਮਾਪਿਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ ਤਾਂ ਜੋ ਪਿਆ ਨੂੰ ਪਤਾ ਹੋਵੇ ਕਿ ਉਹਨਾਂ ਦਾ ਬੱਚਾ ਪ੍ਰੋਨਾਉਨਸ ਚੇਂਜ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਐਸਟੀ ਐਡਵੋਕੇਸੀ ਕਰਨ ਵਾਲੇ ਲੋਕ ਇਹ ਗੱਲਬਾਤ ਕਹਿ ਰਹੇ ਨੇ ਕਿ ਇਹਨੂੰ ਮਹਿਜ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ ਐਨਡੀਪੀ ਪਾਰਟੀ ਦੇ ਵੱਲੋਂ ਵੀ ਸਕੈਚਵਨ ਦੇ ਵਿੱਚ ਇਹੀ ਬਿਆਨ ਦਿੱਤਾ ਗਿਆ ਹੈ ਕਿ ਮੌਜੂਦਾ ਪ੍ਰੀਮੀਅਰ ਲੋਕਾਂ ਦੇ ਵਿੱਚ ਲੋਕਪ੍ਰਿਅਤਾ ਗਵਾ ਚੁੱਕੇ ਨੇ ਜਿਸ ਕਾਰਨ ਉਹ ਆਪਣਾ ਕੁਸਤਾ ਆਧਾਰ ਰੋਕਣ ਦੇ ਲਈ ਅਜਿਹੇ ਮੁੱਦਿਆਂ ਦੇ ਉੱਪਰ ਸਿਆਸਤ ਪਖਾਉਣਾ ਚਾਹੁੰਦੇ ਨੇ ਤਾਂ ਜੋ ਸਿਆਸੀ ਤੌਰ ਤੇ ਉਹ ਭਵਿੱਖ ਚ ਕਾਮਯਾਬ ਹੋ ਸਕਣ ਬੇਸ਼ੱਕ ਕੈਨੇਡਾ ਪਰਦੇ ਵਿੱਚ ਸੋਜੀ ਪ੍ਰੋਗਰਾਮ ਨੂੰ ਲੈ ਕੇ ਹੱਕ ਅਤੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੋਏ ਨੇ ਕੋਨੋਜ਼ ਨੂੰ ਲੈ ਕੇ ਵੀ ਮਾਪੇ ਚਿੰਤਤ ਦਿਖਾਈ ਵੀ ਦਿੰਦੇ ਨੇ ਤੇ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਨਾ ਆਉਣ ਦੀ ਗੱਲ ਬਾਤ ਆਕਦੇ ਨੇ ਪਰ 온ਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਦੇ ਵੱਲੋਂ ਵੀ ਇਸ ਮਾਮਲੇ 'ਚ ਕਿਹਾ ਗਿਆ ਸੀ ਕਿ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਸਕਾਚੂਵਨ ਦੀ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਗਿਆ ਨਿਊ ਬ੍ਰਾਂਸਵਿਕ ਦੇ ਵਿੱਚ ਵੀ ਜਿਹਾ ਮਾਮਲਾ ਸਾਹਮਣੇ ਆਇਆ ਸੀ ਫੈਡਰਲ ਪੱਧਰ ਤੇ ਵੀ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਆਪ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਇਸ ਮਾਮਲੇ ਨੂੰ ਬੱਚਿਆਂ ਅਤੇ ਮਾਪਿਆਂ ਦੇ ਦਰਮਿਆਨ ਛੱਡ ਦੇਣਾ ਚਾਹੀਦਾ ਸਕੂਲ ਬੋਰਡਸ ਨੂੰ ਇਸ 'ਚ ਨਹੀਂ ਆਉਣਾ ਚਾਹੀਦਾ ਪਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਬੋਲ ਚੁੱਕੇ ਨੇ ਕਿ ਸੋਜੀ ਪ੍ਰੋਗਰਾਮ ਅਤੇ ਬਾਕੀ ਐਕਟੀਵਿਟੀਆਂ ਸਪੱਸ਼ਟ ਰੂਪ 'ਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸੁਰੱਖਿਆਤ ਮਹਿਸੂਸ ਕਰਾਉਣ ਦੇ ਲਈ ਅਤੇ ਹਰ ਕੋਈ ਸ਼ਾਂਤ ਤਰੀਕੇ ਦੇ ਨਾਲ ਸਕੂਲਾਂ ਚ ਆ ਕੇ ਪੜ ਸਕੇ ਇਸ ਦੇ ਲਈ ਆਯੋਜਿਤ ਕੀਤੇ ਗਏ ਨੇ ਪਰ ਕੈਨੇਡੀਅਨਸ ਇਸ ਮਾਮਲੇ ਤੇ ਵੰਡੇ ਹੋਏ ਨੇ ਤੇ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ